ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਈ ਦੋ ਵਿਆਹ ਹੈ, ਦੋ ਪਤੂਸ਼ੀਆਂ ਲੈ ਗਈਆਂ, ਕਿਆ ਕਹਿੰਦੇ ਉਹਨੂੰ ਪਰਾਂ? ਕੋਟ। ਕੋਟ ਕਹਿੰਦੇ? ਚਲੋ ਆ ਜਾਓ ਫਿਰ, ਕੋਟ ਹੀ ਕਹਿੰਦੇ ਬਈ, ਜੋ ਮਰਜ਼ੀ ਮੇਰੇ ਪਤੂਸ਼ੀਆਂ ਕਹਿੰਦੇ, ਕੋਈ ਬਲੇਜ਼ਰ ਕਹਿੰਦਾ, ਕੋਈ ਕੁਛ ਕਹਿੰਦਾ। ਸੋਹਣੇ ਸੋਹਣੇ ਮੁੰਡੇ, ਲੈਣ ਮੈਂ ਟੰਗ ਦੇਣ ਵਿੱਚ ਆ ਕੰਗ ਦੇ ਭਾਈ ਤੈਨੂੰ ਜਦ ਵਿਆਹ ਨੂੰ ਹੈ ਦੇਖੀ ਜਾਊਗੀ। ਹੋ ਸਕੂਲ 'ਚ ਕਹਿ ਦੇਵਾਂ, ਸਕੂਲ 'ਚ ਕਹਿ ਦੇਵਾਂ ਮੈਂ, ਅੱਜ ਕੱਲ੍ਹ ਨੂੰ ਮੁੜ ਕੇ ਆਉਣਾ, ਦੋ ਵਿਆਹ ਹੈ। ਹਾਲੇ ਮੈਂ ਕੈਂਸਲ ਕਰਦਾ, ਮੈਂ ਦੂਰ ਜਾਣਾ ਤੇ ਰਾਤ ਮੈਸੇਜ ਆ ਗਿਆ ਫੇਰ, ਕਹਿੰਦਾ ਬਾਈ ਕੱਲ ਕਿੰਨੇ ਕੁ ਵਜੇ ਚੱਲੂਗਾ ਤੁਸੀਂ? ਫਿਰ ਮੈਂ ਕਿਹਾ ਫਿਰ ਤਿਆਰ ਹੋ ਜਾ ਫਿਰ, ਜਦ ਤੈਨੂੰ ਫੋਨ ਕਰਿਆ ਮੈਂ ਨਵੇਂ ਕਰਦੇ ਪੈਕਿੰਗ ਫਿਰ। ਤਾਂ ਮੈਂ ਕਿਹਾ ਜਾਣਾ ਦੂਰ ਆ ਨਾ, 4 ਘੰਟੇ ਤਾਂ ਜਾਣ ਨੂੰ ਲੱਗ ਜਾਣੇ ਆਪਾਂ ਨੂੰ। ਹਾਂ ਪਿਛਲੀ ਵਾਰ ਬੁਲਾਇਆ ਤਾ ਉਹਨੂੰ ਜਦੋਂ ਉਹਦੇ ਮਕਾਨ ਦਾ ਉਦਘਾਟਨ ਕਰਨ ਸੀ, ਜਦ ਬੁਲਾਇਆ ਸੀ ਮੈਨੂੰ, ਜਦ ਮੈਂ ਤੁਰਕੀ ਦੇ ਟੂਰ ਪਰ ਗਿਆ ਹੋਇਆ ਸੀ ਮੈਂ ਸਿੰਘਾਪੁਰ ਤੋਂ ਆਇਆ ਵੀਰ ਉਹ, ਤੇ ਸਿੰਘਾਪੁਰ ਮੈਂ ਉਹਦੇ ਰਾਤ ਘਰਾਂ ਰਾਤ ਲਾ ਕੇ ਆਇਆ ਇੱਕ ਮੈਂ। ਹਾਂ ਅੰਮ੍ਰਿਤਸਰ ਦਾ ਬਹੁਤ ਬਹੁਤ ਬੜਾ ਪ੍ਰੇਮ ਦਿੰਦਾ, ਜਿਹੜੇ ਹਫ਼ਤੇ 'ਚ ਇੱਕ ਅੱਧੀ ਵਾਰੀ ਫੋਨ ਆ ਜਾਂਦਾ, ਹਾਲ ਚਾਲ ਪੁੱਛਦਾ, ਹੋਰ ਕੀ ਚੀਜ਼ ਦੀ ਲੋੜ ਹੋਵੇ ਤਾਂ ਜਾ। ਦੋ ਦਿਨ ਯਾਰ ਇੱਕ ਪਹਿਲਾਂ ਹੁਣ ਜਾ ਕੇ ਪਤਾ ਲੱਗੂ, ਪਹਿਲੇ ਦਿਨ ਮੰਗਣਾ, ਦੂਜੇ ਦਿਨ ਵਿਆਹ, ਕੋਈ ਸ਼ਗਨ ਇੱਦਾਂ ਹੁੰਦਾ ਕੋਈ, ਇਹ ਜਾ ਕੇ ਹੁਣ ਉੱਥੇ ਪਤਾ ਪੁੱਛਾਂਗੇ ਚੱਕਰ ਕਿਆ ਇਹ। ਕਿਤੇ ਬੂੰਦਾ ਬੰਦ ਜੀ ਹੋ ਰਹੀ, ਥੋੜ੍ਹਾ ਥੋੜ੍ਹਾ ਜਿਹਾ ਮੀਂਹ ਜਿਹਾ ਪੈ ਰਿਹਾ, ਕਿਤੇ ਵਿਆਹ 'ਚ ਨਾ ਆ ਜਾਂਦੇ, ਮੈਂ ਜਦ ਤੱਕ ਕਿਹਾ ਵੀ ਹਟ ਜਾਵੇ ਮੀਂਹ, ਹਟ ਜਾਣਾ ਜਦ ਤੱਕ। ਉੱਧਰ ਦੇ ਨਾਲੇ ਕਿਰਪਾ ਹੀ ਰਹਿੰਦੀ ਬਈ, ਅੱਛਾ ਉੱਧਰ ਮੀਂਹ ਘੱਟੇ ਪੈਂਦੇ। ਇੱਕ ਪੈਟਰੋਲ ਪੰਪ ਪਰ ਖੜੇ ਆ, ਜਿਹੜੀ ਸਾਡੀ ਗੱਡੀ ਸੀ ਐਨ ਜੀ ਲਿਖਿਆ, ਉਹ ਲਿਖਿਆ ਸਾਈਡ ਪਰ ਸੀ ਐਨ ਜੀ। ਅਸੀਂ ਕਾਫੀ ਅੱਗੇ ਆ ਗਏ, ਸਾਡੀ ਗੈਸ ਹੋ ਗਈ ਖਤਮ, ਸਾਨੂੰ ਗੈਸ ਨਹੀਂ ਮਿਲੀ ਕਿਤੇ, ਸਾਨੂੰ ਗੈਸ ਨਹੀਂ ਮਿਲੀ। ਹੁਣ ਵੀ ਕਹਿੰਦੇ ਇੱਕ ਫਗਵਾੜ ਹੈ ਨਾ, ਫਗਵਾੜ ਨਾ ਇੱਕ ਜਲੰਧਰ ਮੁੜ ਜਾ, ਇੱਥੇ ਮੁੜ ਜਾਂਦਾ, ਹੁਣ ਮੈਪ ਪਰ ਮਾਰਦੇ ਸੀ ਐਨ ਜੀ ਪੈਟਰੋਲ ਪੰਪ ਕਿੱਥੇ ਗਏ ਆ ਇਹਦਾ ਹੁਣ ਯਾਰ ਥੋੜਾ ਜਿਹਾ। ਫਿਰ ਹੁਣ ਗੱਡੀ ਗੈਸ ਇੱਥੇ ਲਵਾ ਲਓ, ਇੱਕ ਅੱਧਾ ਗੈਸ ਪੈਟਰੋਲ ਦੇਖ ਲਓ, ਨਵੇਂ ਸ਼ਹਿਰ ਤੋਂ ਲੈ ਕੇ ਗੱਡੀਆਂ ਲੈ ਲਓ, ਗੈਸ ਵਾਲੀਆਂ ਲੈ ਲਓ, ਗੈਸ ਤਾਂ ਮਿਲਦਾ ਨਹੀਂ ਨਵੇਂ ਸ਼ਹਿਰ ਤੋਂ ਲੈ ਕੇ ਇੱਥੇ ਤੱਕ, ਇੱਕ ਵੀ ਨਵੇਂ ਸ਼ਹਿਰ ਤੋਂ ਲੈ ਕੇ ਫਗਵਾੜੇ ਤੱਕ ਇੱਕ ਵੀ ਗੈਸ ਵਾਲਾ ਨਹੀਂ ਹੈ। ਹਾਂ ਚੱਲੇ ਬੰਨੇ ਮੈਂ ਹੋਰ ਬਾਈ, ਚਲੋ ਅਸੀਂ 200 ਦਾ ਪਵਾ ਲਿਆ। ਹਾਂ ਬਾਕੀ ਤਾਂ ਹੁਣ ਗੈਸ ਹੀ ਪਾਉਣੀ ਹੈ, ਬਾਕੀ ਹੁਣ ਗੈਸ ਪਾਵਾਂਗੇ। ਨਿੰਮੇ 'ਚ ਗੈਸ ਬਣ ਗਈ, ਨਿੰਮੇ ਤੇਰੇ ਹੀ ਲਾ ਦੇਵਾਂ ਅਸੀਂ, ਹਾਂ ਲੰਬੇ ਸਫ਼ਰ ਪਰ ਮੈਨੂੰ ਗੈਸ ਵਾਲਾ ਕੈਪਸੂਲ ਖਵਾਉਣਾ ਪੈਂਦਾ। ਫਿਰ ਸਾਨੂੰ ਮਿਲੇ ਗਿਆ ਫਿਰ ਇੱਕ CNG ਦੂਰ ਰੋਡ ਤੇ ਮਿਲਿਆ ਜਿਹੜਾ, ਹਾਂ ਲੁਧਿਆਣੇ ਦੇ ਆਉਂਦਾ ਜਿਹੜਾ ਗੈਸ ਪੈਂਡ ਵਿੱਚ, ਡਰ ਲੱਗਦਾ ਇੱਥੇ ਮਨਾ ਕੀਤਾ ਉਹਦਾ ਚਲਾਉਣ ਵਾਸਤੇ ਕੋਟ। ਬਹਿ ਜਾ ਵੀ ਨਿੰਮੇ, ਚੱਲੀਏ ਅੱਜ ਤੂੰ ਬੋਲਿਆ ਨੀ ਹੈਗਾ ਨਿੰਮੇ, ਗੱਲ ਲੈ ਕੇ ਗੱਡੀ ਲੈ ਕੇ ਗੱਡੀ ਤੈਨੂੰ ਨਾ ਲੈ ਕੇ ਰੱਬ ਦਾ ਨਾ ਗੱਡੀ ਤੋਰਨਾ ਵੀ ਡਰਾਇਵਰ, ਗੱਡੀ ਤੋਰ ਲੈ ਕੇ ਡਰਾਇਵਰ ਆ ਪਿੱਛੇ ਖੜਾ ਹੋਣੇ ਕਰ ਗਿਆ। ਪਤਾ ਕਿਆ ਤਾ ਪਹਿਲਾਂ ਡਰਾਈਵਰ ਹੋਰ ਤਾ ਨਾ, ਹਾਂ ਪਹਿਲਾਂ ਮੁੰਡਾ ਤੁਹਾਨੂੰ ਛੱਡਣ ਆਇਆ ਤਾ। ਲਓ ਜੀ ਪੁੱਜ ਗਏ ਅਸੀਂ ਤੇ ਵਰਦੀ ਕਰ ਲਈ ਚੇਂਜ, ਬਹੁਤ ਜ਼ਿਆਦਾ
ਪਤਲੀ ਕਰ ਲੈਣਾ ਫਿਰ ਆਪਾਂ ਨੇ ਹੈ ਅਜੇ ਠੰਡ ਲੱਗੀ ਪਤਲੀ ਕਰ ਲੈਣਾ ਫਿਰ ਕੋਈ ਨਾ ਪਤਲੀ ਕਰ ਲਾਂਗੇ ਆਹੇ ਰਿਸੋਰਟ ਗਰੰਟੀ ਹੋਰ ਕੀ ਹੋ ਗਿਆ ਲੰਮੇ ਦਾ ਭਾਈ ਫਿੱਤਾ ਖੁੱਲ ਗਿਆ ਬਹੁਤ ਸੋਹਣਾ ਬਣਿਆ ਨਿੰਮੇ ਹੈ ਹੈਂ ਕਿਆ ਚੀਜ਼ ਦੂਜਾ ਵੀ ਖੋਲ ਲਿਆ ਇੱਧਰ ਜਾਣਾ ਇੱਧਰ ਦੀ ਐਂਟਰੀ ਚੱਲ ਵੀ ਚੱਲ ਲੱਗਦਾ ਸੁਨੋ ਮਸਾਣ ਜਾਈਏ ਨਿੰਮੇ ਹਲਚਲ ਜੀ ਕੋਈ ਹੋਈ ਹੋ ਨਹੀਂ ਕੁੜੀ ਆਹ ਹੈਲੋ ਹੈਲੋ ਪਛਾਣਿਆ ਨਹੀਂ ਪਛਾਣਿਆ ਨਹੀਂ ਇਹਨੇ ਤਾਂ ਤਨ ਕਰਾਈ ਪਈ ਆ ਤਾਂ ਨਹੀਂ ਭਾਅ ਜੀ ਅੱਜ ਕਿਆ ਚੱਕਰ ਮੈਂ ਪਹਿਲਾਂ ਪੁੱਛੇ ਲਓ ਭਾਅ ਜੀ ਅੱਜ ਕਿਆ ਅੱਜ ਦਾ ਅੱਜ ਮੈਂ ਅੱਜ ਕਿਆ ਕਹਿੰਦਾ ਮੰਗਣਾ ਅੱਜ ਹੈ ਸ਼ਗਨ ਅੱਜ ਹੈ ਠੀਕ ਹੈ ਠੀਕ ਹੈ ਬੜੀ ਗੱਲ ਜੀ ਨਿੰਮੇ ਹੈ ਪਨੀਰ ਦੇ ਮਿਲੇ ਹੁਣ ਪਨੀਰ ਦੇ ਮਿਲੇ ਆ ਨਿੰਮਾ ਤਾਂ ਮੱਛੀ ਖਾ ਰਿਹਾ ਭਾਈ ਤੂੰ ਐਵੇਂ ਥੱਲੇ ਨੂੰ ਭੱਜੀ ਆ ਤੈਨੂੰ ਬੀ ਆਈ ਪੀ ਸੀਟਾਂ ਤੇਰੇ ਵਾਸਤੇ ਲਾਈਆਂ ਇੱਧਰ ਬੈਠ ਸਾਹਮਣੇ ਸਪੈਸ਼ਲ ਤੇਰੇ ਵਾਸਤੇ ਲਵਾਈਆਂ ਵੀ ਨਿੰਮੇ ਨੇ ਆਉਣਾ ਬੈਠ ਇੱਥੇ ਇੱਥੇ ਤੇ ਹੁਣ ਸਾਨੂੰ ਸਾਰਾ ਵਿਆਹ ਦਿਖ ਰਿਹਾ ਬੈਠਿਆਂ ਨੂੰ ਅਸੀਂ ਬਹੁਤ ਉੱਚੀ ਜਗ੍ਹਾ ਪਰ ਬੈਠੇ ਹਾਂ ਪੂਰਾ ਅਸੀਂ ਕਵਰ ਕਰ ਰਹੇ ਬੈਠੇ ਉੱਧਰ ਮੰਗਣਾ ਕਰਨੀ ਉਹ ਸ਼ਗਨ ਪਾ ਰਹੇ ਕਿਤੇ ਕਾਹਨੂੰ ਸ਼ਗਨ ਨਹੀਂ ਪੈਣਾ ਅੱਜੇ ਕੰਮ ਨਬੇੜ ਦੇਣ ਮੈਨੂੰ ਲੱਗਦਾ ਸ਼ਗਨ ਵਾਲਾ ਇਹਨਾਂ ਨੇ ਨਹੀਂ 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 ਜਿਹੜਾ ਸ਼ਗਨ ਹੈ ਉਹਨਾਂ ਨੇ ਅੱਜ ਨਬੇੜ ਦੇਣਾ ਕੱਲ੍ਹ ਸ਼ਗਨ ਨਹੀਂ ਪੈਣਾ ਹੈਗਾ ਠੀਕ ਲੱਗ ਰਿਹਾ ਨਾ ਕੋਈ ਡੀ ਜੇ ਨਾ ਵੀ ਜੇ ਬਸ ਸਭ ਚੁੱਪ ਚਾਪ ਆਪਣੇ ਆਪਸੀ ਗੱਲਾਂ ਕਰਦੇ ਆ ਜਿਹੜਾ ਡੀ ਜੇ ਵਾਲਾ ਉਹ ਕੱਲ੍ਹ ਹੋਊਗਾ ਡੀ ਜੇ ਵਾਲਾ ਹੈ ਨਾ ਵਧੀਆ ਲੱਗਿਆ ਬਈ ਸਾਰੇ ਬੈਠੇ ਹੋਣੇ ਗੱਲਾਂ ਕਰ ਰਹੇ ਬੰਦੇ ਬੈਠੇ ਜਿੱਦਾਂ ਅਸੀਂ ਬੈਠੇ ਸੀ ਦੇਖ ਰਹੇ ਇੱਥੇ ਤਾਂ ਪਹਿਲੀ ਵਾਰ ਦੇਖਿਆ ਮੈਂ ਤਾਂ ਯਾਰ ਆਹ ਚੀਜ਼ ਵਧੀਆ ਬਾਈ ਸ਼ਾਂਤ ਕਹਿਣ ਦੀ ਦੇਰ ਤੀ ਡੀ ਜੇ ਹੈਗੇ ਆ ਭਰਾ ਹੈਗੇ ਡੀ ਜੇ ਸਾਨੂੰ ਹੋਰ ਛੋਟਾ ਜਿਹਾ ਕੰਮ ਹੈ ਇੱਕ ਨਾ ਅਸੀਂ ਬਾਜ਼ਾਰ ਜਾ ਕੇ ਆਉਣਾ ਫਿਰ 2 ਘੰਟੇ ਤੱਕ ਆਉਂਦੇ ਆ
ਲਓ ਜੀ ਹੁਣ ਰੋਟੀ ਖਾਣ ਲੱਗੇ ਹਾਂ ਜੀ ਅਤੇ ਹਾਂ ਚਣਾ ਨਹੀਂ ਨਿੰਮੇ ਨੂੰ ਬਹੁਤ ਜ਼ੋਰ ਚੀਜ਼ ਨਿੰਮਾ ਮੰਗਦਾ ਉਹਨੂੰ ਦਿਓ ਬਸ ਇਹਦਾ ਲੈ ਲਓ ਭਾਈ ਚਣਾ ਰਾਜਮਾਨ ਹੈ ਭਾਜੀ ਟਾਈਮ ਹੈਗਾ ਤੜਕੇ 4 ਵਜੇ ਅਸੀਂ ਉੱਠਣਾ ਅਤੇ ਸਿੱਧਾ ਘਰ ਜਾਣਾ ਹੁਣ ਤੇਰੇ ਘਰ ਜਾਣਾ ਬਾਈ ਇਹਦੇ ਕੋਲ ਬਸ ਲਓ ਜੀ ਹੁਣ ਸਾਡਾ ਟਾਈਮ ਹੈਗਾ ਰੈਸਟ ਕਰਨ ਦਾ ਆਪਣਾ ਬਾਈ ਦੇ ਘਰਾਂ ਬੈਠੇ ਅਸੀਂ ਅਤੇ ਹੁਣ ਰੋਟੀ ਪਾਣੀ ਖਾਵਾਂਗੇ ਅਤੇ ਹੁਣ ਰੈਸਟਾਂ ਕਰਨੀਆਂ ਹੋਰ ਕੁਛ ਨਹੀਂ ਕਰਨਾ ਸਵੇਰੇ ਉੱਠਣਾ ਅਤੇ ਸਵੇਰ ਦਾ ਹਾਲੇ ਸ਼ਡਿਊਲ ਸੋਚਿਆ ਹੋਇਆ ਵੀ ਅਸੀਂ ਕਦ ਉੱਠਾਂਗੇ ਕਿਆ ਪ੍ਰੋਗਰਾਮ ਹਾਲੇ ਕੋਈ ਸੋਚਿਆ ਹੋਇਆ ਨਹੀਂ ਨਿੰਮਾ ਹਾਲੇ ਉੱਦਾਂ ਹੀ ਤਿਆਰ ਬੈਠਾ ਜਾਗੋ ਵਾਸਤੇ ਬੁਲਾਇਆ ਜਾਗੋ ਬਰਾਜੋ ਪਰ ਹੁਣ ਅਸੀਂ ਸਾਡੀ ਇੰਨੀ ਐਨਰਜੀ ਨਹੀਂ ਰਹੀ ਕਿ ਸਵੇਰ ਦੇ ਥੱਕ ਕੇ ਆਪਣੀ ਜਾਗੋ ਬਣੀ ਪਈ ਹੈ ਸਾਡੀ ਆਪਦੀ ਜਾਗੋ ਬਣੀ ਹੋਈ ਜਾਗੋ ਤਾਂ ਨਹੀਂ ਜਾਇਆ ਹਾਂ ਨਹੀਂ ਹੁੰਡ ਜਾ ਬੰਨੀ ਹੁੰਡ ਜਾ ਥੱਕੇ ਪਏ ਆ ਬਾਈ ਤਾਂ ਲੰਬਾ ਸਫ਼ਰ ਕੱਢਿਆ ਆ ਹਾਂ ਹੁਣ ਇਹ ਕਹਿੰਦੇ ਵੀ ਰੋਟੀ ਆਪਣੇ ਬਾਹਰ ਖਾ ਕੇ ਆਉਣੀ ਹੁਣ ਅਸੀਂ ਰੋਟੀ ਬਾਹਰ ਖਾ ਕੇ ਤੇ ਆ ਕੇ ਫਿਰ ਆ ਕੇ ਸੌਂ ਜਾਣਾ ਬਾਈ ਦਾ ਘਰ ਵਧੀਆ ਪਾਇਆ ਹੋਇਆ ਸੀ ਇਹਦੇ ਕੋਲ ਰਹਿ ਗਏ ਸੀ ਇਹਦੇ ਕੋਲ ਰਹਿ ਗਏ ਚੱਲਦੇ ਹਾਂ ਵੀਰ ਆਪਾਂ ਹਾਂ ਚੱਲਣ ਦੇਖ ਲੈਂਦੇ ਆ ਅਮਨ ਤੋਂ ਘੁੱਟ ਪੱਟ ਵੀ ਤੁਰ ਕੇ ਜੇ ਜਾਈਏ ਤਾਂ 20 ਮਿੰਟ ਜਾਂ 15 ਮਿੰਟ ਲੱਗ ਜਾਂਦੇ ਗੱਡੀ ਜਾਂਦੇ ਆ ਤਾਂ 5-8 ਮਿੰਟ ਲੱਗਣਗੇ ਹਾਂ ਡੇੜੀ ਆ ਅਤੇ ਦੇਖਦੇ ਹਾਲੇ ਵੀ ਕੁਛ ਨਹੀਂ ਪਤਾ ਪਰ ਉਹ ਅਸੀਂ ਸ਼ੋਟ ਨਹੀਂ ਲਵਾਂਗੇ ਪਰ ਅਸੀਂ ਇੰਜੋਏ ਕਰਨਾ ਹੁਣ ਅਸੀਂ ਵੀਡੀਓ ਬੰਦ ਕਰਨ ਲੱਗੇ ਹਾਂ ਅਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਇੱਕ ਮੁੱਕਰ ਗਿਆ ਫਿਰ ਸਾਰੇ ਮੁੱਕਰ ਜਾਣਾ ਸਾਰਿਆਂ ਨੇ ਮੁੱਕਰ ਜਾਣਾ ਧੰਨਵਾਦ ਜੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਫਿਰ ਨਾ ਬਾਹਰ ਆ ਗਏ ਅਤੇ ਨਿੰਮਾ ਕਹਿੰਦਾ ਮੈਨੂੰ ਦੁੱਧ ਪੀਤੇ ਬਗੈਰ ਨੀਂਦ ਨਹੀਂ ਆਉਂਦੀ ਨਿੰਮੇ ਨੂੰ ਬਣਾਇਆ ਫਿਰ ਕੜਾ ਹੋਇਆ ਦੁੱਧ ਇੱਕ ਨੰਬਰ ਪਾਈ ਦਾ ਦੁਬਈ ਘੈਂਟ ਹੈ ਨਾ ਸਰਾ ਬਹੁਤ ਜ਼ਿਆਦਾ ਸੰਗਤ ਆਈ ਹੋਈ ਇੱਧਰ ਬਾਈ ਕੇਸਰ ਵਾਲਾ